ਸ਼ਿਕਾਰ ਦੀ ਬੁਰੀ ਖਬਰ ਹੈ ਵੀ ਥੋੜ੍ਹੀ ਜਿਹੀ ਅਤੇ ਜਿਹੜਾ ਸ਼ਿਕਾਰ ਦੇ ਉੱਤੇ ਹਕੂਮਤ ਨੇ ਪਾਬੰਦੀ ਲਾ ਦਿੱਤੀ ਹੈ ਸੂਅਰ ਦੇ ਸ਼ਿਕਾਰ 'ਤੇ, ਕੋਈ ਮਸਲਾ ਨਹੀਂ, ਖੈਰ ਹੈ। ਅਤੇ ਇਹ ਸ਼ਿਕਾਰ ਦੀਆਂ ਪਾਬੰਦੀਆਂ ਲੱਗੀਆਂ ਰਹਿਣ ਭਾਈ ਜਾਨ, ਅਤੇ ਉਹਦੇ ਬਾਵਜੂਦ ਤੁਸਾਂ ਪਰੇਸ਼ਾਨ ਨਹੀਂ ਥੀਣਾ ਸਾਰੇ ਸ਼ਿਕਾਰੀਆਂ ਵੀਰਾਵਾਂ ਨੇ, ਅਤੇ ਜਿਹੜੇ ਸ਼ਿਕਾਰ ਕਰੇ ਨੇ, ਜਿਹੜੇ ਸ਼ਿਕਾਰ ਦੇ ਦੇਣ, ਅਤੇ ਉਹਨਾਂ ਕੋਲ ਪਰੇਸ਼ਾਨ ਹੋਣ ਦੀ ਲੋੜ ਕਹਿਣੀ ਭਾਈ ਜਾਨ। ਅਤੇ ਇਹ ਇੱਕ ਹਕੂਮਤ ਨੇ ਪਾਬੰਦੀ ਲਈ ਹੈ, ਅਤੇ ਜਿਹੜੇ ਸਾਡੇ ਵੱਡੇ ਵੱਡੇ ਸ਼ਿਕਾਰੀਆਂ ਨੂੰ ਪਾਏ, ਮੁਸਤਫਾ ਖਾਰੇ ਨੂੰ ਪਾਏ, ਨਵਾਜ਼ ਲੋਂਡੇ ਨੂੰ ਪਾਏ, ਔਰ ਪੀਰ ਫਜ਼ਲ ਸਿੰਘ ਸ਼ਾਹ ਕੋਟ ਸੁਲਤਾਨ ਵਾਲੇ ਨੂੰ ਪਾਏ, ਔਰ ਉਹਦੇ ਬਾਵਜੂਦ ਭਾਈ ਜਾਨ ਜੀਵਨ ਸੂਇਆ ਹੈ, ਇਹ ਵੀ ਐਕਸ਼ਨ ਇਹਨਾਂ ਗਿਧੇ ਨੇ, ਅਤੇ ਇਹਨਾਂ ਐਕਸ਼ਨ ਗਿਣਨ ਤੋਂ ਬਾਵਜੂਦ ਅਤੇ ਇਹਨਾਂ ਦੀ ਕੋਸ਼ਿਸ਼ ਹੈ ਪਈ ਬਈ ਇਹ ਇਹਦੇ ਉੱਤੇ ਪਾਬੰਦੀ ਖਤਮ ਕੀਤੀ ਵਾਂਗੇ ਹਕੂਮਤ ਨੂੰ ਅਪੀਲ ਕਰੇ ਸਨ, ਅਤੇ ਉਹਦੇ ਬਾਵਜੂਦ ਮੁਸਤਫਾ ਖਾਰ ਸਪੈਸ਼ਲ ਅਪੀਲ ਵੀ ਕਰਨਾ ਪਿਆ ਹਕੂਮਤ ਨੂੰ, ਔਰ ਅਦਾਲਤ ਦੇ ਮੁਸਤਫਾ ਖਾਰ ਸਾਹਿਬ ਇਹਦੇ ਐਕਸ਼ਨ ਗਿਣਦੇ ਪੈਣ, ਅਤੇ ਉਹਨਾਂ ਦੀ ਬੜੀ ਕਮਾਲ ਮਿਹਰਬਾਨੀ ਹੈ ਸ਼ਿਕਾਰਾਂ ਵਾਸਤੇ, ਬੜੀ ਉਹਨਾਂ ਦੀ ਹੌਸਲਾ ਅਫਜ਼ਾਈ ਹੈ ਬਈ ਮਿਹਰਬਾਨੀ, ਉਹਨਾਂ ਦੀ ਕਮਾਲ ਮਿਹਰਬਾਨੀ ਹੈ ਜਨਾਬ ਸਿੰਘ, ਜਿਹੜੇ ਸਾਡੇ ਇਲਾਕੇ ਦੇ ਅੱਛੇ ਅੱਛੇ ਲੋਕ ਅਟਕ ਦੇ, ਤਲਾ ਗੰਗ ਦੇ, ਚਕਵਾਲ ਦੇ, ਜਿਤਨਾ ਵੀ ਦੋਸਤ ਇਹਨੂੰ ਪਾਏ ਸ਼ਿਕਾਰੀ ਵੀਰਾ, ਉਹਨਾਂ ਕੋਈ ਅਕਸੂ ਤੁਸਾਂ ਹਕੂਮਤ ਦੇ ਖਿਲਾਫ਼ ਕਿਉਂ? ਇਹ ਇੱਕ ਭਾਈ ਜਾਨ ਜਿਹੜਾ ਜਾਨਵਰ ਹੈ, ਇਹ ਇੱਕ ਨੁਕਸਾਨ ਕਰਨ ਵਾਲਾ ਜਾਨਵਰ ਹੈ, ਇਹ ਨੁਕਸਾਨ ਜਾਨਵਰ ਕਰੇ ਦੇ, ਉਹਦੇ ਬਾਵਜੂਦ ਭਾਈ ਜਾਨ ਫਸਲ ਦਾ ਨੁਕਸਾਨ ਉਹਦੇ, ਇਹਦੀ ਇੱਕ ਸਾਲ ਦੇ ਵਿੱਚ ਜਿਹੜੀ ਤਾਦਾਦ ਹੈ ਇਹਦੀ ਬਹੁਤ ਜ਼ਿਆਦਾ ਵਧਦੀ ਹੈ, ਅਤੇ ਇਹ ਦੋ ਸਾਲ ਵੀ ਸ਼ਿਕਾਰ ਨਾ ਖੇਡਿਆ ਵਾਂਗੇ, ਅਤੇ ਇਹਦੀ ਇਤਨਾ ਤਾਦਾਦ ਵੱਧ ਗਈ ਸੀ ਭਾਈ ਜਾਨ, ਅਤੇ ਲੋਕਾਂ ਦੀਆਂ ਮੂੰਗਫਲੀਆਂ, ਘਾਹ, ਮਕਾਈ, ਬਾਜਰੀ, ਅਤੇ ਲੋਕਾਂ ਦੀ ਬਰਬਾਦੀ ਥੀ ਵੀ ਸੀ, ਅਤੇ ਉਹਦੇ ਬਾਵਜੂਦ ਭਾਈ ਜਾਨ ਦੋਸਤਾਂ ਕੋਲ ਨਿਹਾਇਤ ਹੀ ਗੁਜ਼ਾਰਿਸ਼ ਹੋ ਸੀ ਭਾਈ ਮੁਸਤਫਾ ਖਾਰ ਸਾਹਿਬ ਨਾਲ, ਅਤੇ ਉਹਨਾਂ ਆਖੇ ਪਰੇਸ਼ਾਨ ਨਾ ਥੀ ਵੀ ਸਾਰੇ ਸ਼ਿਕਾਰੀ ਵੀਰਾ, ਅਤੇ ਅਸਾਂ ਐਕਸ਼ਨ ਗਿਣਦੇ ਪਏ, ਅਤੇ ਜਲਦ ਵੀ ਹਕੂਮਤ ਜ਼ਰੀਏ ਅਤੇ ਇਹਦੇ ਉੱਤੇ ਐਕਸ਼ਨ ਗਿਣ ਸੀ ਹਕੂਮਤ ਨੂੰ ਅਪੀਲ ਹੈ ਪਈ, ਅਤੇ ਕਿਉਂ ਲੋਕਾਂ ਦੇ ਫਸਲ ਔਰ ਲੋਕਾਂ ਦੇ ਕਣਕਾਂ ਔਰ ਇਹ ਬਚ ਵੇ ਸਨ, ਕਿਉਂ ਪੈਦਾਵਾਰ ਜਿਹੜੀ ਪੈਦਾਵਾਰ ਸਮਝ ਵੀ ਤਾਂ ਅਸਲ ਲੋਕਾਂ ਦੀ ਹੈ, ਇਹ ਇੱਕ ਨੁਕਸਾਨ ਵਾ ਲੋਕਾਂ ਦਾ, ਸਿਰਫ ਸ਼ੁਗਲ ਆਉਂਦੇ, ਹਾਂ ਬਕਾਇਆ ਕੁਝ ਜਿਹੜੇ ਦੋਸਤ ਵਗੈਰਾ ਬਈ ਲੋਕ ਛੱਡ ਰਹੇ ਨੇ ਨੀਵੇਂ ਵੀਡੀਓ, ਉਹ ਵੀ ਉਹਨਾਂ ਕੋਲ ਆਖਸੂ ਮਿਹਰਬਾਨੀ ਕੀਤੀ ਕਰਨ ਬਈ ਫੇਸਬੁੱਕ ਪੇਜ ਦੇ ਉੱਤੇ ਲੜਾਈਆਂ ਦਿਖੇ ਨੇ ਵੇ, ਜਲ ਉਹਦੇ 'ਤੇ ਜ਼ੁਲਮ ਲਿਖੇ ਦੇ ਵੇ, ਉਹ ਨਾ ਦਿਖਾਇਆ ਕਰੋ, ਕਿਉਂ ਹਕੂਮਤ ਨੇ ਇਹ ਵਜੋਂ ਤੋਂ ਐਕਸ਼ਨ ਕੀਤੇ ਬਈ ਕੁੱਤੇ ਛੋੜਦੇ ਨੇ ਵੇ ਤੁਸਾਂ ਉਹਦੇ 'ਤੇ ਜ਼ੁਲਮ, ਬਈ ਸ਼ੁਗਲ ਲੋਕ ਹੁੰਦੇ ਤੁਸਾਂ ਆਪਣਾ ਸ਼ੁਗਲ ਕੀਤਾ ਬਈ ਉਹ ਮਾਰ ਦਿੱਤਾ, ਇਹ ਸ਼ੁਗਲ ਜ਼ਿਆਦਾ ਹੁੰਦੇ ਬਾਈ ਜਾਨ, ਕੋਈ ਮਸਲਾ ਕਹਿ ਨਹੀਂ ਸਮਝ ਵੀ ਤਾਂ ਅੱਲਾ ਖੈਰ ਕਰੇ ਸੀ ਭਾਈ ਜਾਨ, ਦੋਸਤਾਂ ਕੋਲ ਪਰੇਸ਼ਾਨ ਹੋਣ ਦੀ ਲੋੜ ਕਹਿਣੀ, ਕਿਉਂ ਪਰੇਸ਼ਾਨ ਮੁਸਤਫਾ ਖਾਰ ਐਕਸ਼ਨ ਬਿਲਕੁਲ 100% ਕੀਤੀ ਬੈਠੇ, ਔਰ ਇਹ ਜੁਮੇ ਅੱਲਾ ਦੇ ਹੁਕਮ ਨਾਲ ਜਨਾਬ ਸਿੰਘ ਖੁਸ਼ਖਬਰੀ ਆ ਗਈ ਸੀ, ਤਾਂ ਭਲਾ ਉਹਨਾਂ ਦਾ ਅਤੇ ਪੀਰ ਫਜ਼ਲ ਸਿੰਘ ਸ਼ਾਹ ਦਾ ਇੰਟਰਵਿਊ ਵੀ ਸੁਣੇ ਸੋ ਅਸਾਂ, ਅਤੇ ਭਈ ਉਹ ਕਿਆ ਇਹਦੇ ਬਾਰੇ ਦੇਣ ਇੰਟਰਵਿਊ ਸਾਕੋ। ਅੱਲਾ ਖੈਰ ਕਰੇ ਸੀ ਭਾਈ ਜਾਨ ਜੁਮੇ ਵਾਲੇ ਦੀਵਾਰ ਤੱਕ ਅੱਛੀ ਖੁਸ਼ਖਬਰੀ ਮਿਲ ਸੀ ਦੋਸਤਾਂ ਕੋਲ ਸ਼ਿਕਾਰੀਆਂ ਕੋਲ, ਅਤੇ ਸ਼ਿਕਾਰੀਆਂ ਕੋਈ ਅਪੀਲ ਹੈ ਇਤਿਆਤ ਕਰਨ ਅਤੇ ਹਕੂਮਤ ਦੇ ਨਾਲ ਨਾਲ ਚੱਲਣ, ਕਿਉਂ ਹਕੂਮਤ ਨਾਲ ਭਾਈ ਜਾਨ ਤਾਵਨ ਕਰੇ ਸੂੰ ਤਾਂ ਹਕੂਮਤ ਸਾਰਿਆਂ ਨਾਲ ਤਾਵਨ ਕਰੇ ਸੀ, ਜਿਹੜੇ ਹਕੂਮਤ ਨਾਲ ਤਾਵਨ ਨਾ ਕਰੇ ਸੂੰ ਹਕੂਮਤ ਸਾਰਿਆਂ ਨਾਲ ਭਾਈ ਜਾਨ ਤਾਵਨ ਨਾ ਕਰੇ ਸੀ, ਅਤੇ ਅਸਾਂ ਦੋਸਤਾਂ ਕੋਲ ਇਹ ਅਪੀਲ ਕਰੇ ਸੂੰ ਜਿਹੜੇ ਸਾਰੇ ਦੋਸਤ ਜਿਤਨਾ ਵੀ ਸ਼ਿਕਾਰੀ ਵੀਰਾ ਹੈ ਅਤੇ ਉਹ ਹਕੂਮਤ ਨਾਲ ਤਾਵਨ ਕਰਨ, ਔਰ ਉਹਦੇ ਬਾਵਜੂਦ ਅਤੇ ਇਹਦੇ ਵਿੱਚ ਤੁਹਾਨੂੰ ਅੱਛੀ ਖਬਰ ਮਿਲ ਸੀ, ਅੱਛੇ ਸਮੇਂ ਵੀ ਤਾਂ ਤੁਹਾਨੂੰ ਇੱਕ ਸ਼ੁਗਲ ਦੇਖਣ ਦਾ ਮਾਹੌਲ ਮਜ਼ਾ ਮਿਲ ਸੀ, ਅਤੇ ਇਹ ਲਾਜ਼ਮੀ ਸੂਅਰ ਦੇ ਸ਼ਿਕਾਰ ਵਾਸਤੇ ਭਾਈ ਜਾਨ ਹਕੂਮਤ ਨੂੰ ਅਪੀਲ ਹੈ, ਇਹ ਇਜਾਜ਼ਤ ਦਿੱਤੀ ਵਾਂਗੇ, ਅਤੇ ਅਸਾਂ ਹਕੂਮਤ ਨੂੰ ਅਪੀਲ ਕਰਨੇ ਹੈ, ਮਿਹਰਬਾਨੀ ਹੋ ਸੀ ਹਕੂਮਤ ਦੀ, ਅਤੇ ਅੱਲਾ ਦੇ ਹੁਕਮ ਨਾਲ ਭਾਈ ਜਾਨ ਅਤੇ ਜੁਮੇ ਵਾਲੀ ਦੀਵਾਰ ਖਬਰ ਅੱਛੀ ਸੁਣੇ ਸੂੰ ਔਰ ਅੱਛੀ ਅਪੀਲ ਹੋ ਸੀ, ਅਤੇ ਉਹਦੇ ਬਾਵਜੂਦ ਇਹ ਟਾਈਮ ਅਸਾਂ ਤੁਹਾਡੇ ਕੋਲੋਂ ਇਜਾਜ਼ਤਾਂ ਚਾਹੁੰਦੇ ਹਾਂ। ਅੱਲਾ ਹਾਫਿਜ਼।